ਵਾਹਿ ਖਾਲਸਾ ਫਤਿਹ। ਮੇਰਾ ਨਾਂ ਜੀ ਮਨਿੰਦਰ ਸਿੰਘ ਹੈ। ਅੱਜ ਜਿਹੜਾ ਪ੍ਰੋਟੈਸਟ ਅਸੀਂ ਰੈਲੀ ਕੀਤੀ ਹੈ ਇਹ ਇੰਡੀਆ ਦੀ ਜਿਹੜੀ ਜ਼ਾਲਮ ਸਰਕਾਰ ਹੈ ਉਸਦੇ ਖਿਲਾਫ਼ ਕੀਤੀ ਹੈ, ਜਿਨ੍ਹਾਂ ਨੇ ਸਾਡੇ ਕੌਮ ਦੇ ਹੀਰੇ ਸਾਡੇ ਲੀਡਰ ਬਲਵੰਤ ਸਿੰਘ ਨੂੰ 31 ਮਾਰਚ ਨੂੰ ਫਾਂਸੀ ਦੀ ਸਜ਼ਾ ਸੁਣਾਈ ਹੈ, ਕਿਉਂਕਿ ਉਹਨਾਂ ਦਾ ਜਿਹੜਾ ਇਹ ਇਨਸਾਫ਼ ਹੈ ਇਹ ਸਾਨੂੰ ਮਨਜ਼ੂਰ ਨਹੀਂ ਹੈ। ਉਹ ਬੇਇਨਸਾਫ਼ੀ ਕਰਦੇ ਹਨ, ਹਮੇਸ਼ਾ ਤੋਂ ਸਿੱਖਾਂ ਨਾਲ ਇਹ ਨਾਇਨਸਾਫ਼ੀ ਹੁੰਦੀ ਆਈ ਹੈ। ਅਸੀਂ ਪੂਰੇ ਪਾਕਿਸਤਾਨ ਦੀ ਸੰਗਤ ਨੇ ਇਹ ਪ੍ਰੋਟੈਸਟ ਕੀਤਾ ਹੈ ਇੰਡੀਆ ਦੀ ਸਰਕਾਰ ਨੂੰ ਕਿ ਉਹ ਸਾਡੇ ਵੀਰ ਬਲਵੰਤ ਸਿੰਘ ਰਾਜੇਵਾਣੀ ਨੂੰ ਉਹਨਾਂ ਦੀ ਸਜ਼ਾ ਮਾਫ਼ ਕਰਕੇ ਉਹਨਾਂ ਨੂੰ ਜਲਦੀ ਰਿਹਾਅ ਕਰੇ।